كي ودمينا ليك هذا سيبي كاي راتي راتي او سوكي اوتي پہاڑ وچ مٹی اے اوتے گر دے مٹیاں دے تو دے تو دن تو دے تو دے گر دے اسی ہن جناب دعوت دین گیا دیگر کو پہاڑ دے تے چڑھ کے ہن دعوت دین جاندے پے دیگر دا ٹائم ہوئے دیگر دی نماز پڑھ یا میں اوتے چڑھیا نا بھائی دعوت دینے ہاں جے نیری جے میں واہ گھلن دے نیری نہ ہے واہ پہاڑا تو پانی لاندا تباہی پھیر پانی پانی دریا ٹپیا پانی 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 اس پنڈ جلا دی اے بڑی شکر ہے یار کہ لوگوں نے بڑا شعور اس گل دے اے بندہ بھی سیدھا جے نے کتنا اے نے مطلب اللہ جی دے اللہ اللہ تعالی او بول جناب کو بند لیکن ایتھے ایہو جے پنجابی کھوتے وچ پہن جڑے اے پہن میں کسے کھاتے جی کوئی اے نہ مویا چ نہ جیندے اچھا جیندے اے نہ خوشی دے نہ غم دے ہاں نہ ڈال ہویا ہن پوچھ لیا نفل پڑھو خدمت جناب نا مڑ آ گیا اتو یہ گل بنی بھائی نا اتنے ساڈا کیس بن گیا پیر مالا میرے اص نپیندے نپوندے رہے سپاہی بڑے جان وہ سپاہی خیر میرے جان نکل گیا جی میرا بیان ہوا نا چھ نمبر پرمٹ نہ مل گا وہ سڈے نال آئے یہ جناب سارا ملوک پڑھ کے نا روزے کا ہوئے مہینہ سارا ملوک پڑھ کے باہر نوار نکل گیا مسیح سے وہ ایک آئے جی پٹھان لگی وہ سارے موڑیا بیان سنیا بیان سن کے مڑ آ کے سانو پرمٹ لائے دو جی ویک لے نا بولے پرمٹ نہ آن دیں انہیں آ کے سانو آئے پرمٹ دے اص سارے جانے آخیا ادا نہیں برکات صاحب ٹائم دیو نال چلو پرمٹ ہی پرمٹ ہو جائے تم بندے اس پر جگا وہ دیا ہی نوکری اتنے گراہ وہ جناب اس وقت لایا واضح بندے سارے وقت لایا وہ وقت لگو سر میرے چار مہینے لا گئے اس دے نا میں نہ اس دے کیتا وہ آ گیا بندہ بڑا چنگا چنگے وہ جناب سانو نا دو سو کتر اس بندے سانو جناب کدی دھوت کدی لسی چپل پالا اپنی تھلا مولوی سانو نا تھوڑا جا کابڑیا جڑے بندے ڈھیر سارے بیٹھے جلے اٹھی گئے بولے سانو میر صاحب سمجھایا مینو سب سمجھ لگ گیا دبو دبو پیالہ رکھ دیتا رس رکھ دیتے آ جی آ جی یا اس دو کھا دے اس کے کپڑے بھی دو
ਨਾ ਚਾਬੀ ਨੇ ਬਰੇਲਵੀਆਂ ਮੈਂ ਨਹੀਂ ਸੱਤ ਨਹੀਂ ਇੱਕ ਬਾਬਾ ਬੈਠੋ ਸਾਗਵਾਂ ਹੈ ਨਹੀਂ ਜਿਹੜੇ ਤਬਲੀਗ ਜਾਂਦੇ ਹੋ ਜਾਂਦੇ ਹੋ ਯਾਰ 15 ਲੱਖ ਹਰ ਬੰਦੇ ਨੂੰ ਲੈਕਚਰ ਕਰ ਜਦੋਂ ਮਤਲਬ ਜਿਹੜਾ ਜਿਹੜੇ ਜ਼ਿਆਦਾ ਅਮੀਰ ਮਤਲਬ ਦੇਰ ਹੋ ਜਾਂਦੀ ਇਹਨਾਂ ਨੂੰ ਉਹ ਫਿਰ ਕਰਦੇ ਹੋਣੇ ਆ ਬੰਦੇ ਉਸਲੇ ਸਾਡੇ ਨਾਲ ਅਸੀਂ ਨੌਵਾਂ ਮਸੀਤਾ ਹੀ ਕੰਮ ਕੀਤਾ ਨਾ ਸਾਡੇ ਨਾਲ ਨੌਵਾਂ ਮਸੀਤਾ ਚ ਅਸੀਂ ਦੇਵਾਤਾ ਕਰੀਏ ਆਜ਼ਾਦ ਕਸ਼ਮੀਰ ਦੇ ਵਿੱਚ ਤੈਨੂੰ ਇੱਕ ਗੱਲ ਸੁਣਾਈ ਸੁਣਨ ਦੀ ਸਾਰੇ ਬੰਦੇ ਉੱਥੇ ਨਾ ਹੇਕ ਤੈਨੂੰ ਨਹੀਂ ਲੱਭਣਾ ਸਿਵਾਏ ਮੈਸਟਰਾਂ ਤੋਂ ਸਿਵਾਏ ਗੂੰਗਿਆਂ ਤੋਂ ਜਾਂ ਬਹਿਰਿਆਂ ਇੱਕ ਬੰਦਾ ਤੈਨੂੰ ਉਹ ਹੋਰ ਨਹੀਂ ਲੱਭਣੇ ਦਨਾਨੀਆਂ ਇੱਕ ਅੱਧਾ ਬੰਦਾ ਉਸ ਮਹਿਸ਼ਟਾ ਜਿਹੜੇ ਘਰ ਚ ਪੁੱਛਤ ਬਾਹਰ ਆਜ਼ਾਦ ਕਸ਼ਮੀਰ ਬਿਲਕੁਲ ਬਿਲਕੁਲ ਕੁੱਤੇ ਉਹਦੇ ਉੱਤੇ ਇੰਝ ਜ਼ਾਲਮ ਪਾਤੇ ਪਾਉਂਦੇ ਉਹ ਹੁਣ ਤੇ ਵਸਤੀ ਹੋਵੇ ਗੁਜਰ ਬੈਠਿਆ ਤੇ ਇੱਕ ਬਾਹਰ ਐਵੇਂ ਥੋੜੇ ਜਿਹੇ ਘਰ ਆਉਣ ਜਿਵੇਂ ਨਾ ਮਹਿਰ ਦੇਣ ਕੇ ਕੂ ਹੁਣ ਉੱਥੇ ਉਹਨਾਂ ਨਾਲ ਤੰਦੂਰ ਲਾਏ ਹੋਵੇ ਉਹ ਨਾ ਇੱਕ ਕਬਰਗੁਸਤਾਨ ਉਹਨਾਂ ਦੇ ਨਾਲ ਹੋਵੇ ਤੇ ਇੱਕ ਥੋੜ੍ਹਾ ਜਿਹਾ ਦੂਰ ਹੋਵੇ ਉਹ ਕਬਰਗੁਸਤਾਨ ਤੇ ਜਿਹੜਾ ਲੱਕੜੀ ਖਲੀ ਹੋਵੇ ਨਾ ਝੇਲ ਦੀਆਂ ਉਹ ਸੁੱਕੀਆਂ ਉਹ ਡਰਦੇ ਉੱਥੋਂ ਵੱਢਣ ਵਜੇਨ ਫਰਮਡਣ ਤੇ ਦੂਏ ਜੰਗਲਾਤ ਚੋਂ ਛੱਡਣ ਹੁਣ ਸਾਨੂੰ ਆ ਕੇ ਲੱਕੜੀ ਲਾਇਆ ਚੱਲ ਪਕਾ ਦਿੰਦੇ ਤੇ ਇਹ ਇੱਕ ਗੱਲ ਕੀਤੀ ਨੇ ਵੀ ਕਬਰਗੁਸਤਾਨ ਚੋਂ ਨਹੀਂ ਲਾਇਆ ਆਉਣੀਆਂ ਜੰਗਲਾਤ ਚ ਉੱਥੋਂ ਲਾਇਆ ਆਉਣੀ ਮੈਨੇ ਵੀਰ ਸਾਹਿਬ ਬੋਲ ਦਿੱਤੀ ਕੁਹਾੜੀ ਤੇ ਮੈਂ ਜਨਾਬ ਨਾ ਛੁੱਟ ਵਗਿਆ ਇੱਕ ਨੂੰ ਲਾ ਕੇ ਮੈਂ ਕਿਹਾ ਆ ਜਾ ਬਾਈ ਆ ਆ ਲੱਕੜਾ ਬੜੀ ਚੱਲ ਗਏ ਉਹ ਨਾਲ ਵਾਲੇ ਕਬਰ ਗੁਸਤਾਨ ਛੱਡ ਦਿੱਤਾ ਤੇ ਅਗਲੇ ਚ ਭਾਗ ਗਏ ਦੋ ਖਲੋਤੀਆਂ ਬਸ ਚੜ ਗਏ ਸੱਟੇ ਦੋ ਟੀ ਨੇ ਦੇਖ ਲੈ ਦੇ ਆ ਲਿਆ ਉਹ ਇੱਕੀ ਆਪਾਂ ਤੂੰ ਚਮ ਬਾਲਾਂ ਡੇਢ ਸਾਰਾ ਹੋ ਗਿਆ ਦੋ ਟੀ ਨੇ ਉਹ ਜਨਾਬ ਨਿੱਕੇ ਨਿੱਕੇ ਕੀਤੇ ਇੱਕ ਟੀ ਨੇ ਉਹ ਚਾਹਿਆ ਭਰੀ ਦੇਖ ਮੈਂ ਚਾਹਿਆ ਚਲਾ ਮੈਂ ਕਿਹਾ ਮੈਨੂੰ ਚਮੜ ਦੇਣ ਤਾਂ ਚਮੜ ਐਵੇਂ ਤੁਸੀਂ ਗੱਲ ਬਣਾਈ ਹੋਈ ਹੈ ਤੁਹਾਨੂੰ ਕਾਹ ਆਖਿਆ ਆਖੇ ਯਾਰ ਮਸਾਨ ਬੰਦੇ ਮੈਂ ਕਿਹਾ ਤੂੰ ਪਕਾ ਤੂੰ ਨਜ਼ਰਾ ਰੋਟੀ ਪਕਾ ਜੀ ਨਾ ਉਹਨਾਂ ਨੂੰ ਨਹੀਂ ਆਲਾ ਜਾ ਉੱਥੇ ਜਨਾਬ ਆਜ਼ਾਦ ਕਸ਼ਮੀਰ ਚ ਗੁੰਗ ਹੋਵੇ ਤੇ ਆਹ ਸਾਡੇ ਕਮਾਲੀਏ ਦਾ ਅਮੀਰ ਹੋਵੇ ਤੇ ਹੋਵੇ ਉਹ ਨਾ ਉਹਨਾਂ ਨੂੰ ਨਹੀਂ ਪਤਾ ਵੀ ਜਿਹੜਾ ਹੈ ਨਾ ਹੇਕ ਤਾਂ ਬੰਦ ਹੁੰਦਾ ਨਾ ਯਾਨੀ ਕਿ ਗੂੰਗਾ ਬੜਾ ਸਿਆਣਾ ਹੁੰਦਾ ਹੁੰਦਾ ਕਮਲਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਬਈ ਆਹ ਕੀ ਜਾਤਾ ਬਈ ਉਹ ਹੋਵੇ ਉਹ ਰੋਟੀ ਮੇਰੀ ਖਿਦਮਤ ਹੋਵੇ ਤੇ 12 ਵਜੇ ਅਸੀਂ ਰੋਟੀ ਪਕਾਈ ਹੁਣ ਮੈਂ ਗਲਤੀ ਕਰ ਬੈਠਾ ਵੀਰ ਤੂੰ ਪੁੱਛਿਆ ਜਿਹਨੇ ਰੋਟੀ ਲਾਈ ਨਾ ਗੂੰਗਾ ਸਾਡੇ ਨੇੜੇ ਨਾ ਲੱਗੇ ਉਹ ਐਵੇਂ ਟੱਪਿਆ ਨਾ ਤੇ ਮੈਂ ਉਹਨੂੰ ਇਸ਼ਾਰਾ ਕੀਤਾ ਰੋਟੀ ਦੇ ਰਿਸ਼ਤਾ ਖਾਂ ਤੇ ਮਿਲਾਈ ਕਿ ਲਏ ਸੀ ਉਹਨੂੰ ਮੈਂ ਇਸ਼ਾਰਾ ਚ ਕੀਤਾ ਗਲਤੀ ਮੇਰੀ ਹੋਵੇ ਮੈਂ ਵੀਰ ਸਾਹਿਬ ਤੋਂ ਪੁੱਛਿਆ ਉਹਨੂੰ ਮੱਤ ਚਲ ਗਿਆ ਵੀਰ ਸਾਹਿਬ ਉਹਨਾਂ ਜਾਤਾ ਬਈ ਹੈ ਉਹ ਬੈ ਦੂਆ ਮੁੜ ਨਾ ਮੈਂ ਤਾਂ ਸੱਦੇ ਆਪਣੇ ਰਾਜੇ ਤੇ ਬਈ ਹੁਣ ਜਮਾਤਾਂ ਨੂੰ ਤੁਰੇ ਸੀ ਬੰਦਾ ਤਾਂ ਲੱਭਦਾ ਕੋਈ ਨਹੀਂ ਬਈ ਅੱਗਾ ਮੇਰੇ ਗੁਰੇ ਤੁਰੇ ਸੀ ਬਸ ਇਸ ਰਾਜੇ ਤੋਂ ਸੱਦੇ ਵੀਰ ਸਾਹਿਬ ਤੋੜ ਜਾ ਬੱਚੇ ਗਿਆ ਮੈਂ ਕਿਹਾ ਵੀਰ ਸਾਹਿਬ ਤੁਹਾਨੂੰ ਸਮਝੇ ਸਾਹਿਬ ਜਿਹੜਾ ਹੁੰਦਾ ਨਾ ਦੂਆ ਬੰਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਦੂਆ ਇਹ ਬੜੇ ਸਿਆਣੇ ਹੁੰਦੇ ਬਿਲਕੁਲ ਉਹ ਸਮਝ ਗਿਆ ਉਹ ਜਨਾਬ ਆਇਆ ਉਹਨੂੰ ਥੋੜੀ ਜਿਹੀ ਰੋਟੀ ਚੱਕਾ ਉਹ ਜਿੱਥੇ ਮੈਂ ਇਸ਼ਾਰਾ ਕਰਾਂ ਉਹ ਵੱਜ ਗਿਆ ਹੁਣ ਮੈਂ ਪਾਣੀ ਭਰਨ ਉਹ ਵੀਰ ਸਾਹਿਬ ਏਡਾ ਹੈ ਨਾ ਏਡਾ ਇਹਨੂੰ ਆਪ ਪਾਣੀ ਚਸ਼ਮੇ ਤੋਂ ਲਾਇਆ ਉਹਨੂੰ ਮੈਂ ਇਸ਼ਾਰਾ ਕੀਤਾ ਉਹਨੂੰ ਮੈਂ ਆਖਿਆ ਉਹ ਜਿਹਾ ਮਿੰਟ ਮਾਰੇ
جلے اسی تو آیا نا شہر چکار چکار چون بیٹھا اے سارا چڑھ دے چڑھ دے سارا دو بات جان جا لا دے سانو گھنٹے دے دے لا جان جا گلے میں اینو ایک بندہ ہو رو او بندہ یا آب ابو موچی نہیں یہ گھر بناتی ہے بگو موسی کی سمانی بابا بڑا بندہ